वाहिगुरु जी का खालसा वाहिगुरु जी की फतेह जी। स्वागत है जी तुहाडा साडे इस यूट्यूब चैनल विच। अज आपां पिंड बणिए के दे विच आए हां। इस पिंड दे विच बहुत सारे पुरातन स्थान अज भी मौजूद ने, तुहानूं सारे दिखावांगे। सो वीडियो नूं एंड तक जरूर देखियो जी। जो तुसीं सामने बुरज देख रहे हो ये जी सरदार लहणा सिंह जी का बुरज है जी। पिंड बणिए के एक पुराना ते इतिहासिक पिंड है। इस पिंड 1947 की वंड तो पहला तकरीबन हर एक जात पात के लोग रहा करते सन। पुरातन स्रोतों तो पता लगता है कि इस पिंड ज़्यादा वणा के दरख्त होने करके इसे पिंड वणा वाला भी कहा जाता है। बाद में वणिए के नाम प्रसिद्ध हो गया सी। अते यह पिंड श्री अमृतसर साहब में मौजूद है जी। जिथे असी इस पिंड वेख रहे हैं ये पिंड दूजी जगह पर वसया होया है जी। पहला ये पिंड लहिंदे पासे जिथे कि एक पीर की जगह उत्थे वसया होया सी, उत्थों उजड़ के हुणे इत्थे दूजी जगह ते आ वसिया है जी। अते पहलां वाले पिंड नूं लोक पुराना पिंड भी आख दिंदे आ। इह बुरज जो कि सरदार लहणा सिंह जी ने बनवाया सी 1817 ईस्वी विच, महाराजा रणजीत सिंह जी जदों अमृतसर तों लाहौर वल नूं जा रहे सन तां रस्ते विच बहुत बीमार हो गए सन। उदों इसे बुरज विच रुके सी ਤਾਂ ਬਚਣ ਦੀ ਕੋਈ ਵੀ ਆਸ ਨਹੀਂ ਸੀ। ਸਾਰੇ ਹੀ ਹਕੀਮਾਂ ਨੇ ਜਵਾਬ ਦੇ ਦਿੱਤਾ ਸੀ। ਇਸ ਗੱਲ ਦਾ ਜਦੋਂ ਸਰਦਾਰ ਨਿਹਾਲ ਸਿੰਘ ਅਟਾਰੀ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਅਟਾਰੀ ਤੋਂ ਬਣੀਏ ਕਿ ਆ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਹਾਲਤ ਵੇਖੀ ਤਾਂ ਉਹਨਾਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਪੰਥ ਨੂੰ ਬਹੁਤ ਲੋੜ ਹੈ, ਇਸ ਕਰਕੇ ਇਹ ਰੋਗ ਮੈਨੂੰ ਹੋ ਜਾਵੇ। ਉਹਨਾਂ ਨੇ ਪੰਜ ਪਰਿਕਰਮਾ ਕੀਤੀਆਂ ਅਤੇ ਫਤਿਹ ਗਜਾਈ ਅਤੇ ਬਾਅਦ ਵਿੱਚ ਇਸੇ ਤਰ੍ਹਾਂ ਹੀ ਹੋਇਆ। ਮਹਾਰਾਜਾ ਰਣਜੀਤ ਸਿੰਘ ਜੀ ਤੰਦਰੁਸਤ ਹੁੰਦੇ ਗਏ ਅਤੇ ਸਰਦਾਰ ਨਿਹਾਲ ਸਿੰਘ ਜੀ ਉਸ ਬਿਮਾਰੀ ਦੇ ਨਾਲ ਅਕਾਲ ਚਲਾਣਾ ਕਰ ਗਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬਾਅਦ ਵਿੱਚ ਜਿੰਨਾ ਚਿਰ ਵੀ ਸੰਸਾਰ 'ਤੇ ਰਹੇ ਅਕਸਰ ਇਸ ਗੱਲ ਦਾ ਜ਼ਿਕਰ ਕਰਦੇ ਰਹਿੰਦੇ ਸੀ। ਕਹਿੰਦੇ ਸੀ ਕਿ ਮੈਂ ਜੋ ਵੀ ਉਮਰ ਭੋਗ ਰਿਹਾ ਹਾਂ ਇਹ ਸਰਦਾਰ ਨਿਹਾਲ ਸਿੰਘ ਜੀ ਅਟਾਰੀ ਵਾਲਾ ਦੀ ਹੀ ਦੇਣ ਹੈ। ਸਰਦਾਰ ਨਿਹਾਲ ਸਿੰਘ ਜੀ ਦੀ ਸਮਾਧ ਅੱਜ ਵੀ ਅਟਾਰੀ ਦੇ ਵਿੱਚ ਮੌਜੂਦ ਹੈ। ਉਸ 'ਤੇ ਵੀ ਅਸੀਂ ਵੀਡੀਓ ਬਣਾਈ ਹੈ ਜੀ, ਤੁਸੀਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇਖ ਸਕਦੇ ਹੋ ਜੀ। ਅਤੇ ਉਸ ਲਿੰਕ ਦੇ ਉੱਪਰ ਕਲਿੱਕ ਕਰਕੇ ਤੁਸੀਂ ਵੀਡੀਓ ਵਿੱਚ ਸਰਦਾਰ ਨਿਹਾਲ ਸਿੰਘ ਜੀ ਦੀ ਸਮਾਧ ਦੇ ਦਰਸ਼ਨ ਵੀ ਕਰ ਸਕਦੇ ਹੋ। ਬਾਬੀ ਨਾਮ ਕੀ ਤੁਹਾਡਾ? ਅਤੇ ਬਾਬੀ ਦੱਸੋਗੇ ਇਹਦੇ ਬਾਰੇ ਆਪਾਂ ਨੂੰ, ਮਤਲਬ ਕਿ ਇਮਾਰਤ ਕਿੱਦਾਂ ਹੋਰ ਵੀ ਹੁੰਦੀ ਇੱਥੇ ਲਾਗੇ ਬੰਨੇ ਨਾਲ ਨਾਲ ਕੋਈ ਬਾਪੂ ਜੀ ਧੰਨਵਾਦ ਤੁਹਾਡਾ। ਸਾਨੂੰ ਬਾਪੂ ਜੀ ਦੇ ਨਾਲ ਗੱਲ ਕਰਨ 'ਤੇ ਪਤਾ ਲੱਗਾ ਕਿ ਇਸ ਬੁਰਜ ਦੇ ਨਾਲ ਇੱਕ ਬਰਾਂਡਾ ਵੀ ਹੁੰਦਾ ਸੀ ਅਤੇ ਪੌੜੀਆਂ ਬਰਾਂਡੇ ਦੇ ਉੱਤੇ ਜਾਂਦੀਆਂ ਸੀ। ਉਸ ਤੋਂ ਉੱਪਰ ਇੱਕ ਚਬਾਰਾ ਹੁੰਦਾ ਸੀ, ਚਬਾਰੇ ਦੇ ਉੱਪਰ ਜਾ ਕੇ ਅਤੇ ਜੋ ਬੁਰਜ ਦੇ ਉੱਪਰ ਇੱਕ ਹੋਰ ਤੁਸੀਂ ਦਰਵਾਜ਼ਾ ਦੇਖ ਸਕਦੇ ਹੋ ਉੱਥੇ ਪੌੜੀਆਂ ਜਾਂਦੀਆਂ ਸੀ। ਜਦੋਂ ਅਸੀਂ ਇਸ ਬੁਰਜ ਦੀ ਵੀਡੀਓ ਬਣਾ ਰਹੇ ਸੀ ਤਾਂ ਉਸਦੇ ਸਾਹਮਣੇ ਸਾਨੂੰ ਇੱਕ ਪੁਰਾਤਨ ਸਮੇਂ ਦੀ ਮਸਜਿਦ ਵੀ ਦੇਖਣ ਨੂੰ ਮਿਲੀ ਅਤੇ ਉੱਥੋਂ ਦੇ ਮੁਸਲਿਮ ਵੀਰਾਂ ਨੇ ਇਸ ਦੀ ਥੋੜ੍ਹੀ ਬਹੁਤ ਮੁਰੰਮਤ ਵੀ ਕੀਤੀ ਹੋਈ ਸੀ। ਇੱਕ ਮਸਜਿਦ ਇਹ ਸੀ ਅਤੇ ਸਾਨੂੰ ਇੱਕ ਹੋਰ ਮਸਜਿਦ ਦੇਖਣ ਨੂੰ ਮਿਲੀ ਸੀ ਜੋ ਤੁਹਾਨੂੰ ਅੱਗੇ ਵੀਡੀਓ ਵਿੱਚ ਦਿਖਾਵਾਂਗੇ ਜੀ। ਇਹ ਹੁਣ ਜਿਸ ਜਗ੍ਹਾ 'ਤੇ ਪਿੰਡ ਵਸਿਆ ਹੋਇਆ ਹੈ ਇੱਥੇ ਸਰਦਾਰ ਲਹਿਣਾ ਸਿੰਘ ਜੀ ਨੇ ਇੱਕ ਪਿੰਡ ਵਸਾਇਆ ਹੋਇਆ ਸੀ ਜਿਸ ਦਾ ਨਾਮ ਸੀ ਪਿੰਡ ਲਹਿਣਾ ਸਿੰਘ ਵਾਲਾ। ਅਤੇ ਸਰਦਾਰ ਲਹਿਣਾ ਸਿੰਘ ਜੀ ਨੇ ਪਿੰਡ ਬਣੀਏ ਕੇ ਦੇ ਲੋਕਾਂ ਨੂੰ ਵੀ ਇਸ ਪਿੰਡ ਵਿੱਚ ਲਿਆਣ ਕੇ ਵਸਾ ਦਿੱਤਾ ਸੀ। ਬਾਅਦ ਵਿੱਚ ਸਰਦਾਰ ਲਹਿਣਾ ਸਿੰਘ ਜੀ ਨੇ ਇਸ ਪਿੰਡ ਦਾ ਵੀ ਨਾਮ ਬਦਲ ਕੇ ਬਣੀਏ ਕੇ ਹੀ ਰੱਖ ਦਿੱਤਾ ਸੀ। ਪੁਰਾਤਨ ਸਰੋਤਾਂ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਇੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਆਪਣੀ ਫੌਜ 500 ਸਿੰਘਾਂ ਦਾ ਜਥਾ ਲੈ ਕੇ ਆਏ ਸੀ। ਕੁਝ ਦਿਨਾਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇੱਥੇ ਪੜਾਅ ਕੀਤਾ ਸੀ। ਲਾਹੌਰ ਦਰਬਾਰ ਨੂੰ ਖਬਰ ਹੋਣ 'ਤੇ ਬਾਬਾ ਬੰਦਾ ਸਿੰਘ ਜੀ ਨੂੰ ਪਕੜਨ ਵਾਸਤੇ ਅਬਦੁੱਲ ਸਮੁੰਦ ਖਾਨ 15,000 ਫੌਜ ਲੈ ਕੇ ਆਇਆ ਅਤੇ ਉਸ ਨਾਲ ਮੁਕਾਬਲਾ ਹੋਇਆ। ਕੁਝ ਸਿੰਘਾਂ ਦੀ ਗੱਦਾਰੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹਾਰ ਦਾ ਕਾਰਨ ਬਣੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਡ ਬਣੀਏ ਕੇ ਛੱਡਣਾ ਪਿਆ ਅਤੇ ਫਿਰ ਲੜਦੇ ਲੜਦੇ ਗੁਰਦਾਸ ਨੰਗਲ ਦੀ ਗੜੀ ਵਿੱਚ ਘੇਰੇ ਗਏ। ਲਾਹੌਰ ਦਰਬਾਰ ਦੀ ਨਿਗਾਹ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਕਰਨ ਕਰਕੇ ਪਿੰਡ ਬਣੀਏ ਕੇ ਦੇ ਲੋਕਾਂ ਨੂੰ ਸਜ਼ਾ ਵੀ ਮਿਲੀ ਸੀ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਪਿੰਡ ਬਣੀਏ ਕੇ ਕੁਝ ਦਿਨ ਰੁਕੇ ਸਨ। ਪਿੰਡ ਦੇ ਲੋਕਾਂ ਨੇ ਰਾਸ਼ਨ ਅਤੇ ਹੋਰ ਵੀ ਮਦਦ ਕਰਦੇ ਰਹੇ। ਬਾਅਦ ਵਿੱਚ ਪਿੰਡ ਦੇ ਲੋਕਾਂ ਨੂੰ ਮੁਗਲ ਸੈਨਾ
परेशान करती रही। कुछ लोग जंग विच उजड़ गए ते कुछ लोग बाद विच परेशानी तो तंग आ गए। तुहानू यह वीडियो का पूरा इतिहास सुन के अते वीडियो देख के किवें लगी कमेंट करके जरूर दसो जी अते वीडियो नू लाइक जरूर करो अते शेयर वध तो वध करो तां जो होर भी वीर भैन इतिहास जान सकन। असी इस तरह दियां वीडियो साढ़े इस यूट्यूब चैनल ते लैके आउंदे रहिंदे हां। जेकर तुसी साढ़े इस यूट्यूब चैनल ते नवे आए हो तां जो नीचे रैड कलर दे विच सबसक्राइब लिखा उस उपर क्लिक करके चैनल सबसक्राइब कर लवो अते उस दे नाल जो बैल दा आइकन है उस उपर क्लिक करके आल दे ऑप्शन नू सिलेक्ट कर लवो जिस दे नाल साडी हर एक वीडियो तुहाडे तक सब तो पहला पहुँच जाएगी जी। तुहाडा छोटा वीर दविंदरजीत सिंह। वाहिगुरू जी का खालसा वाहिगुरू जी की फतेह जी।